ਪਿੰਡ ਵਾਸੀਓ ਸਾਡੇ ਅਗਲੇ ਐਮਐਲਏ ਹਰਜੀਤ ਸਿੰਘ ਦੇ ਪੁੱਤਰ ਹਰਿੰਦਰ ਸਿੰਘ ਹੋਣਗੇ। ਐਵੇਂ ਕਿਵੇਂ ਹੋਣਗੇ? ਇਹਨੇ ਕੀਤਾ ਕੀ ਸਾਡੇ ਲਈ? ਸਾਰਾ ਕੁਝ ਤਾਂ ਖਾ ਗਏ। ਸਰਕਾਰੀਆਂ ਚ ਪੜਿਆ ਦੱਸਣਾ ਦਾ ਲਾਣਾ ਏ, ਮੇਰ ਬਾਬੇ ਦੀ ਐ ਕੁੜੀ ਕੋਈ ਉੱਚਾ ਨਾ ਕਰਾਣਾ ਏ। ਥੋਡੀ ਉਹਨਾਂ ਨਾਲ ਡਿਨਰਾਂ ਦੀ ਸਾਂਝ ਜਿਹੜੇ ਸਾਡੀ ਕੌਮ ਦੇ ਕਰਤਾਰ ਨੇ, ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਨਿੱਤ ਡਾਂਗਾ ਖਾਈਏ ਸਾਡੇ ਹੱਕਾਂ ਦੇ ਲਈ, ਤੁਸੀਂ ਵੰਡਦੇ ਖੈਰਾਤ ਪੈਸਾ ਰਾਜ ਸੱਤਾ ਦੇ ਲਈ। ਉੱਤੇ ਕਿੱਥੇ ਚੱਲਾਂ? ਬਾਪੂ ਮੈਂ ਧਰਨੇ ਤੇ ਚੱਲਿਆ, ਸ਼ਾਮ ਨੂੰ ਆਉਣਾ। ਤੂੰ ਦੇਖੀ ਧਿਆਨ ਨਾਲ ਜਾਈ। ਉਹ ਤਾਇਆ, ਉਹ ਆਪਣਾ ਦੀਪ ਪੁਲਿਸ ਦੇ ਡਾਂਗਾਂ ਨਾਲ ਧਰਨੇ ਸ਼ਹੀਦ ਹੋ ਗਿਆ ਓਏ। ਸਾਡੇ ਮੁੱਕ ਜਾਂਦੇ ਦੇ ਦੇ ਸ਼ਹੀਦੀਆਂ ਤੁਹਾਡੇ ਤਖਤਾਂ ਤੇ ਬਹਿਣ ਲਈ ਤਿਆਰ ਨੇ, ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਮੰਗੇ ਰਾਜ ਨਹੀਂ ਉਹ ਮਿਲਦੇ, ਇਹ ਤਾਂ ਮੱਲਣੇ ਪੈਂਦੇ ਨੇ। ਨਾ ਜ਼ੁਲਮ ਕਦੇ ਰੁਕਦੇ, ਇਹ ਤਾਂ ਥੱਲਣੇ ਪੈਂਦੇ ਨੇ। ਮੰਗੇ ਰਾਜ ਨਹੀਂ ਉਹ ਮਿਲਦੇ, ਇਹ ਤਾਂ ਮੱਲਣੇ ਪੈਂਦੇ ਨੇ। ਨਾ ਜ਼ੁਲਮ ਕਦੇ ਰੁਕਦੇ, ਇਹ ਤਾਂ ਥੱਲਣੇ ਪੈਂਦੇ ਨੇ। ਪੰਨ ਮੰਨਿਆ ਕਿ ਸਬਰਾਂ ਨੂੰ ਮਾਰਿਆ, ਪਰ ਸਦਾ ਲਈ ਨਾ ਸੁੱਤੇ ਹਥਿਆਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਸੱਚ ਆਉਂਦਾ ਨਹੀਂ ਉਹ ਅੱਗੇ, ਸਦਾ ਦੱਬਿਆ ਜਾਂਦਾ ਏ। ਬੇਬਾਕ ਹੋ ਕੇ ਬੋਲੇ ਜੇ ਬੰਦਾ ਵੱਡਿਆ ਜਾਂਦਾ ਏ। ਸੱਚ ਆਉਂਦਾ ਨਹੀਂ ਉਹ ਅੱਗੇ, ਸਦਾ ਦੱਬਿਆ ਜਾਂਦਾ ਏ। ਬੇਬਾਕ ਹੋ ਕੇ ਬੋਲੇ ਜੇ ਬੰਦਾ ਵੱਡਿਆ ਜਾਂਦਾ ਏ। ਉਗਰਵਾਦੀਆਂ ਦੇ ਨਾਲ ਸੰਬੰਧ ਹੋਣ ਦੇ ਕਾਰਨ ਮਨਦੀਪ ਦੀ ਪੁਲਿਸ ਮੁਕਾਬਲੇ ਵਿੱਚ ਹੱਤਿਆ। ਜੋ ਅਸੀਂ ਖਬਰਾਂ ਨੂੰ ਸੱਚ ਮੰਨ ਲੈਨੇ ਆ, ਇਹ ਤੁਹਾਡੇ ਹੀ ਚਲਾਏ ਅਖਬਾਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ।